ਮੇਰਾ ਨਾਮ ਸੁਖਜੀਤ ਪਾਲ ਸਿੰਘ ਹੈ ਮੈਂ ਗੌਰਮੈਂਟ ਹੈਲਥ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨੈਣਗੜ੍ਹ ਸਕੂਲ ਵਿੱਚ 8ਵੀਂ ਜਮਾਤ ਦਾ ਵਿਦਿਆਰਥੀ ਹਾਂ ਮੈਂ ਤੁਹਾਡੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਪੀਪੀਟੀ ਪੇਸ਼ ਕਰਨ ਜਾ ਰਿਹਾ ਹਾਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਾਂਤੀ ਦੇ ਪੁੰਜਵੀ ਕਿਹਾ ਜਾਂਦਾ ਹੈ ਆਪਨੇ ਲੰਮਾ ਸਮਾਂ ਬਾਬਾ ਬਕਾਲਾ ਰਹਿ ਕੇ ਨਾਮ ਸਿਮਰਨ ਕੀਤਾ ਸਿਰਫ 13 ਸਾਲ ਦੀ ਉਮਰ ਵਿੱਚੋਂ ਗੁਰੂ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਤਲਵਾਰ ਦੇ ਅਜਿਹੇ ਜੋਹਰ ਦਿਖਾਏ ਕਿ ਗੁਰੂ ਪਿਤਾ ਨੇ ਆਪ ਦਾ ਨਾਂ ਤੇਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਗੁਰੂ ਜੀ ਨੇ ਆਪਣੇ ਇੱਕ ਸੇਵਕ ਮੱਖਣਸ਼ਾ ਲੁਭਾਣੇ ਦਾ ਸਮੁੰਦਰੀ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਦੀ ਅਰਦਾਸ ਤੇ ਗੁਰੂ ਜੀ ਨੇ ਬੇੜਾ ਪਾਰ ਕਰਾਇਆ ਫਿਰ ਜਦੋਂ ਮੱਖਣਸ਼ਾ ਲੁਭਾਣਾ ਗੁਰੂ ਜੀ ਦਾ ਧੰਨਵਾਦ ਕਰਨ ਪੁੱਜਿਆ ਤਾਂ ਸੱਚੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਕੂਕੁੱਟਿਆ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਦਾ ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੂਆ ਉੱਤੇ ਜ਼ੁਲਮ ਕਰ ਰਿਹਾ ਸੀ ਤਾਂ ਪੰਡਤ ਫਰਿਆਦ ਲੈ ਕੇ ਗੁਰੂ ਜੀ ਪਾਸ ਆਏ ਤਾਂ ਗੁਰੂ ਜੀ ਨੇ ਜ਼ੁਲਮ ਨੂੰ ਥੱਲ ਪਾਉਣ ਲਈ ਕੁਰਬਾਨੀ ਦਿੱਤੀ 14 ਨਵੰਬਰ 1675 ਈਸਵੀ ਨੂੰ ਗੁਰੂ ਜੀ ਨੇ ਚਾਂਦਨੀ ਚੌਕ ਦਿੱਲੀ ਵਿਖੇ Hindu ਧਰਮ ਦੀ ਰੱਖਿਆ ਲਈ ਆਪਣਾ ਸਿਰ ਵਾਰ ਦਿੱਤਾ ਗੁਰੂ ਜੀ ਦੀ ਕੁਰਬਾਨੀ ਤੋਂ ਬਾਅਦ ਛਖੜ ਝੁੱਲ ਪਿਆ ਗੁਰੂ ਜੀ ਦੇ ਸੇਵਕ ਭਾਈ ਜੈਤਾ ਜੀ ਨੇ ਆਪ ਦਾ ਸਿਰ ਉਠਾ ਲਿਆ ਅਤੇ ਲੰਮੇ ਪੈਂਡੇ ਤੋਂ ਬਾਅਦ ਆਨੰਦਪੁਰ ਸਾਹਿਬ ਆ ਕੇ ਬਾਲ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤਾ ਆਪ ਦੀ ਕੁੱਲ ਬਾਣੀ 59 ਪਦੇ ਅਤੇ 57 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ